ਛੋਟੇ ਕਿਸਾਨਾਂ ਦਾ ਹਾਲ ਹੈ ਬਹੁਤ ਬੁਰਾ ਅੱਜ ਸਖਤ ਮਿਹਨਤ ਦੇ ਬਾਵਜੂਦ ਵੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰ پا ਰਹੇ ਉਹਨਾਂ ਨੇ ਗੁਜ਼ਾਰਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ ਪਰ ਦੂਜੇ ਪਾਸੇ ਆਪਣੇ ਨਿਆਣੇ ਵੀ ਨਹੀਂ ਪੜਾ ਰਹੇ ਈਵਨ ਕਿ 1 ਕਿਲੋ ਖੰਡ ਲਿਆਉਣ ਜੋਗੇ ਵੀ ਪੈਸੇ ਨਹੀਂ ਆਉਂ ਪਰ ਦੂਜੇ ਪਾਸੇ ਤਾਂ ਗਾਇਕ ਇਹ ਦੱਸਦੇ ਹਨ ਕਿ ਕਿਸਾਨ ਮੌਜਾ ਕਰਦਾ ਹੈ ਉਹ ਫਾਇਰ ਕਰਦਾ ਹੈ ਉਹ ਥਾਰ 'ਚ ਘੁੰਮਦਾ ਹੈ ਉਹ ਫੁਲਾਣੀ ਗੱਡੀ ਤੇ ਘੁੰਮਦਾ ਹੈ ਘੋੜੇ ਰੱਖਣ ਦਾ ਸ਼ੌਂਕੀਆ ਪਰ ਇਹ ਕਿਸਾਨ ਸਿਰਫ ਤੇ ਸਿਰਫ ਆਪਣੇ ਬੱਚੇ ਪੜਾਉਣ ਵਾਸਤੇ ਮਿਹਨਤ ਕਰ ਰਿਹਾ ਹੈ ਤੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੱਕ ਗਾਇਕ ਦੇ ਬੋਲ ਜਾਦਾ ਹੈ ਹਨ ਕਿ ਜੱਟਾ ਤੇਰੀ ਜੂਨ ਗਰੀ ਸੁਖਬਾ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਤੁਸੀਂ ਹੱਥ ਨਾਲ ਜਿਹੜੀ ਆ ਬਾਸਬਦੀ ਝੋਨਾ ਝਾੜ ਰਹੇ ਹੋ ਲੋਕ ਤੇ ਅੱਜ ਕੱਲ ਜਿਹੜੇ ਆ ਮਸ਼ੀਨਾਂ ਨਾਲ ਵਡਾਉਂਦੇ ਤੇ ਕੀ ਕਰਨੇ ਛੋਟੀ ਬਾਈ ਆ ਕਿਸਾਨ ਜਿਹੜੇ ਨਹੀਂ ਕੋਈ ਮਸ਼ੀਨ ਵਾਲਾ ਨਹੀਂ ਛੇਤੀ ਆਉਂਦਾ ਤੇ ਆਪਣਾ ਹੁਣ ਜੇ ਮਸ਼ੀਨ ਵਾਲਾ ਆ ਗਿਆ ਉਹ ਬੁੱਥੇ ਵੱਡਾਂਗੇ ਇਹ ਉਹਨਾਂ ਨੇ ਵੀ ਇੰਨਾ ਕਿ ਵੱਡ ਕੇ ਇਸੇ ਝਾੜ ਕੇ ਤੇ ਜਿਹੜੀ ਅਪਰਾਲੀ ਆ ਬਾਸੇ ਸੁੱਤੀ ਜਾਊਗੀ ਕੋਈ ਡੰਗਰ ਦੇ ਕੰਮ ਆ ਜੂਗੀ ਤੇ ਇਹ ਜਿਹੜਾ ਵੀ ਆ ਸ਼ੇਰ ਦਾ ਲੱਗਾ ਮੈਂ ਇੱਕ ਤੋੜਾ ਬਾਪ ਦੀ ਦਾ ਨਹੀਂ ਛੁਨੇ ਦਾ ਨਹੀਂ ਹੋਇਆ ਅੱਛਾ ਆ ਜਿਹੜਾ ਤੁਸੀਂ ਤੁਹਾਡਾ ਕਹਿਣ ਦਾ ਭਾਵ ਵੀ ਆ ਸਾਰੀ ਬਾਸਬਤੀ ਤੁਸੀਂ ਇੰਨੀ ਝਾਟ ਚੁੱਕੇ ਹੋ ਹਾਂਜੀ ਹਾਂਜੀ ਅੱਧਾ ਤੋੜਾ ਵੀ ਲੱਗਦਾ ਵੀ ਜਿਵੇਂ ਨਹੀਂ ਬਾਸਬਤੀ ਹੋਈ ਨਹੀਂ ਹੈਗਾ ਹਾਂ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਸਰਕਾਰ ਨੂੰ ਇਹ ਕੌਣੇ ਚਾਹੁੰਦੇ ਕੋਈ ਨਾ ਕੋਈ ਇਹਨਾਂ ਬਗਰੀਬਾਂ ਵਿਚਾਰਿਆਂ ਕੋਲ ਸਹੂਲਤ ਚਾਹੀਦੀ ਆ ਕੋਈ ਨਾ ਬੱਚੇ ਜਿਹੜੇ ਪੜ੍ਹਦੇ ਵਿਚਾਰੇ ਉਹ ਇਹਨਾਂ ਨੂੰ ਵੀ ਜੇ ਛੋਟੇ ਨੇ ਨਾ ਕੋਈ ਵਿਚਾ ਜੇ ਖਰਚਾ ਦਵਾਈ ਦਾ ਉਹ ਤੋਂ ਜ਼ਿਆਦਾ ਹੈ ਤੇ ਜੇ ਬੱਚੇ ਪੜ੍ਹਦੇ ਸਕੂਲਾਂ 'ਚ ਉਹ ਉਦੋਂ ਵੱਧ ਜੇ ਗੱਡੀ ਦਾ ਸਰਕਾਰੀ ਸਕੂਲੇ ਪਾਏ ਆ ਕਿ ਉਹ ਗੱਡੀ ਵਾਲੇ ਕਰਾਇਆ ਮੰਗੀ ਜਾਂਦੇ ਤੇ ਬੱਚੇ ਸਾਡੇ ਇੱਕ ਘਰ ਰਹਿੰਦਾ ਤੇ ਇੱਕ ਚਲੇ ਜਾਂਦਾ ਕਿੰਨੀ ਜ਼ਮੀਨ ਚ ਵਾਈ ਕਰਦੇ ਤੇ ਜ਼ਮੀਨ ਜੀ 2.5 ਕਿੱਲੇ ਤਾਂ ਆਇਆ ਤੇ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਇਹ ਬਹੁਤ ਮੁਸ਼ਕਲ ਹੀ ਚੱਲ ਰਿਹਾ ਜੀ ਬਹੁਤ ਜਿਆਦਾ ਨਾਲ ਹੈ ਵੀ ਥੋੜਾ ਇਸ ਟਾਈਮ ਸਾਡੇ ਕੋਲ 100 ਰੁਪਈਆ ਹੁੰਦੀ ਹੈਗਾ ਵੀ ਇਹਦੀ ਖੰਡ ਚਾਹ ਲੈਣੀ ਹੈ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੁਹਾਨੂੰ ਸਹੂਲਤ ਜਿਹੜੀ ਦੇਵੇ ਤੇ ਫਿਰ ਤੁਹਾਡਾ ਟਾਈਮ ਪਾਸ ਹੋ ਜਾਏ ਕਿ ਟਾਈਮ ਪਾਸ ਹੋ ਸਰਕਾਰ ਤੇ ਕੋਈ ਨਾ ਕੋਈ ਸੋਚੇ ਤੇ ਫਿਰ ਵੀ ਫਿਰ ਸਾਨੂੰ ਵੀ ਥੋੜੀ ਜਿਹੜੀ ਜੀ ਜ਼ਿੰਦਗੀ ਸਾਡੀ ਵੀ ਸਰਕਾਰ ਜੇ ਛੋਟੇ ਕਿਸਾਨ ਆ ਇਹਨਾਂ ਵਿਚਾਰਿਆਂ ਨੂੰ ਕੋਲ ਨਾ ਕੋ ਪਿਆਦਸ ਮੇ ਬੋਲੇ ਜਿਹੜੀ ਸ਼ਾਇਦ ਨਹੀਂ ਇਹ 2.5 ਹੁਣ 1400 ਦੀ ਬੋਰੀ ਇਹਨਾਂ ਨੂੰ 700 ਦੀ ਚਾਹੀਦੀ ਆ ਫੇਰ ਇਸੇ 100 ਥੋੜੇ ਬਹੁਤ ਵਿਚਾਰੇ ਸੋਇਖੇ ਹੋ ਸਕਦੇ ਆ